ਇਸ ਵੇਲੇ ਅਸੀਂ ਰੋਪੜ ਸ਼ਹਿਰ ਦੇ ਵਿੱਚ ਖੜ੍ਹੇ ਹੋਏ ਹਾਂ। ਤੁਸੀਂ ਸਾਹਮਣੇ ਲਾਈਟਾਂ ਲੋਕ ਦੇਖ ਰਹੇ ਹੋ ਕਿ ਲੋਕ ਅੱਜ ਕਰੋਨਾ ਦੇ ਸੰਬੰਧ 'ਚ ਲਾਈਟ ਕਰ ਰਹੇ ਹਾਂ। ਜਿਹੜੇ ਤੁਸੀਂ ਲਾਈਟਾਂ ਦੇਖ ਰਹੇ ਹੋ ਸਾਰੀਆਂ ਮੋਬਾਈਲ ਦੀਆਂ ਲਾਈਟਾਂ ਨੇ। ਕੁਛ ਲੋਕਾਂ ਦੀਆਂ ਆਵਾਜ਼ਾਂ ਵੀ ਆ ਰਹੀਆਂ ਨੇ ਕਿ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੱਲੋਂ ਜੋ ਕਿਹਾ ਗਿਆ ਸੀ, ਅਤੇ ਕੁਛ ਅਸਮਾਨ ਦੇ ਵਿੱਚ ਮੈਨੂੰ ਲੱਗਦਾ ਵੀ ਕੁਛ ਇਹ ਸੱਚੇ ਪਾਤਸ਼ਾਹ ਉਸ ਮਾਲਿਕ ਨੂੰ ਅਰਦਾਸ ਕੀਤੀ ਗਈ ਹੈ ਕਿ ਜੋ ਕਰੋਨਾ ਦਾ ਜਿਹੜਾ ਪੂਰੇ ਵਰਲਡ ਦੇ ਵਿੱਚ ਜਿਹੜਾ ਕਰੋਪੀ ਛਾਈ ਹੋਈ ਹੈ, ਉਹ ਸੱਚੇ ਪਾਤਸ਼ਾਹ ਉਸ 'ਤੇ ਜਿਹੜੀ ਹੈ ਪਾਬ ਕਹਿਣ ਦਾ ਮਤਲਬ ਉਹਨੂੰ ਘਟਾਇਆ ਜਾਵੇ, ਅਤੇ ਸਾਡੇ ਹਿੰਦੁਸਤਾਨ ਕਿਆ ਪੂਰੇ ਵਰਲਡ ਦੇ ਵਾਸੀਆਂ ਦਾ ਦੀ ਰਕਸ਼ਾ ਹੋ ਸਕੇ। ਅੱਜ ਸਾਹਮਣੇ ਦੇਖ ਰਹੇ ਹੋ ਅਸਤਵਾਜੀ ਵੀ ਕੀਤੀ ਗਈ ਹੈ, ਆਵਾਜ਼ਾਂ ਤੁਸੀਂ ਸੁਣ ਰਹੇ ਹੋ। ਲੋਕ ਆਪਣੇ ਘਰਾਂ ਦੇ ਵਿੱਚ ਰਹਿ ਕੇ ਹੀ ਕਰ ਰਹੇ ਸਾਰਾ ਕੁਛ। ਨੌ ਵੱਜ ਗਏ ਹਨ, 9 ਵਜੇ ਦਾ ਸਮਾਂ ਹੈ ਜੀ। ਅਸਤਵਾਜੀ ਦੀ ਆਵਾਜ਼ ਸੁਣ ਰਹੀ ਹੈ। ਰੋਪੜ ਸ਼ਹਿਰ ਦੇ ਵਿੱਚ ਅਸਤਵਾਜੀ ਨਾਲ ਸਾਰਾ ਸ਼ਹਿਰ ਜਾਗ ਉੱਠਿਆ ਹੈ, ਅਤੇ ਲਾਈਟਿੰਗ ਕੀਤੀ ਜਾ ਰਹੀ ਹੈ, ਘਰਾਂ ਦੀ ਰੋਸ਼ਨੀ ਬਿਲਕੁਲ ਬੰਦ ਕੀਤੀ ਹੋਈ ਹੈ, ਅਤੇ ਕਈ ਜਗ੍ਹਾ ਤੋਂ ਆਵਾਜ਼ਾਂ ਵੀ ਆ ਰਹੀਆਂ ਹੈ, ਅਤੇ ਅਸਤਵਾਜੀ ਛੱਡੀ ਜਾ ਰਹੀ ਹੈ, ਬੰਬ ਵਜਾ ਕੇ ਬੰਬ ਕੁਛ ਪਟਾਕਿਆਂ ਦੀ ਆਵਾਜ਼ਾਂ ਵੀ ਆ ਰਹੀਆਂ ਨੇ। ਤਸਵੀਰਾਂ ਦੇ ਵਿੱਚ ਤੁਸੀਂ ਸਭ ਦੇਖ ਸਕਦੇ ਹੋ, ਕਈ ਕਈ ਘਰਾਂ ਦੇ ਵਿੱਚ ਦੂਰ ਦੂਰ ਤੱਕ ਮੈਂ ਦੇਖ ਪਾ ਰਿਹਾ ਕਿ ਲੋਕ ਛੱਤਾਂ 'ਤੇ ਚੜ੍ਹੇ ਹੋਏ ਹੈ, ਅਤੇ ਉਸ ਪ੍ਰਭੂ ਅੱਗੇ ਅਰਦਾਸ ਜ਼ਰੂਰ ਕਰ ਰਹੇ ਹਾਂ ਵੀ ਪਰਮਾਤਮਾ ਵੀ ਸੁਰੱਖਿਆ ਕਰੇ, ਵੀ ਸਾਤੇ ਜੋ ਵੀ ਗਲਤੀਆਂ ਹੋ ਚੁੱਕੀਆਂ ਨੇ ਹੁਣ ਤੱਕ, ਅਸੀਂ ਲੋਕ ਮਾਇਆ ਦੇ ਚੱਕਰ ਦੇ ਵਿੱਚ ਹੀ ਫਸੇ ਰਹੇ ਹਾਂ, ਬੜੀਆਂ ਬੜੀਆਂ ਕੋਠੀਆਂ ਪਾਉਣ ਦੇ ਚੱਕਰ 'ਚ ਫਸੇ ਰਹੇ ਹਾਂ, ਪਰ ਲੇਕਿਨ ਅੱਜ ਉਸ ਕੁਦਰਤ ਵੱਲੋਂ ਜੋ ਕਰੋਪੀ ਜਿਹੜੀ ਪੂਰੇ ਵਰਲਡ ਨੂੰ ਦਿੱਤੀ ਗਈ ਹੈ, ਪੂਰੀ ਦੁਨੀਆ ਨੂੰ ਦਿੱਤੀ ਗਈ ਹੈ, ਆਹ ਤੁਸੀਂ ਦੇਖ ਸਕਦੇ ਹੋ ਅਸਤਵਾਜੀ ਕੀਤੀ ਜਾ ਰਹੀ ਹੈ ਜੀ ਸ਼ਹਿਰ ਦੇ ਵਿੱਚ। ਜੀ ਹਾਂ, ਪਹਿਲਾਂ ਤਾਂ ਮੋਬਾਈਲਾਂ ਦੀ ਲਾਈਟ ਸੀ, ਅਤੇ ਹੁਣ ਮੈਂ ਦੇਖ ਰਿਹਾ ਜੋ ਲਾਈਟ ਇਹ ਦੀਵਿਆਂ ਦੀ ਲਾਈਟ ਕੀਤੀ ਜਾ ਰਹੀ ਹੈ, ਮੋਮਬੱਤੀ ਲਾਈਟ ਕੀਤੀ ਜਾ ਰਹੀ ਹੈ ਜੀ, ਜ਼ਿਆਦਾਤਰ ਦੀਵੇ ਜਲਾਏ ਜਾ ਰਹੇ ਹੈ।
ਇਹ ਦ੍ਰਿਸ਼ ਤੁਸੀਂ ਦੇਖ ਰਹੇ ਹੋ ਰੋਪੜ ਟੀ ਵੀ ਵੱਲੋਂ ਦਿਖਾਇਆ ਜਾ ਰਿਹਾ। ਇਹ ਸਾਰੀਆਂ ਤਸਵੀਰਾਂ ਜਿਹੜੀਆਂ ਸਟੂਡੀਓ ਤੋਂ ਲਈਆਂ ਜਾ ਰਹੀਆਂ ਜੀ। ਅਸਮਾਨ ਦੇ ਵਿੱਚ ਕਾਫੀ ਸਾਰੇ ਜਿਹੜੇ ਤੁਸੀਂ ਦੇਖ ਸਕਦੇ ਹੋ ਅਸਤਵਾਜੀ ਕੀਤੀ ਜਾ ਰਹੀ ਹੈ। ਅਤੇ ਉੱਪਰ ਅਸਮਾਨ ਦੇ ਵਿੱਚ ਚੰਦਰਮਾ ਜਿਹੜਾ ਚਮਕ ਰਿਹਾ ਤੁਸੀਂ ਦੇਖ ਸਕਦੇ ਹੋ। ਮੈਂ ਇੱਕ ਛੋਟੀ ਜਿਹੀ ਕਥਾ ਕਹਾਣੀ ਦੱਸਣ ਲੱਗਿਆ ਵੀ ਜਦੋਂ ਇੱਕ ਪਰਿਵਾਰ ਦੇ ਵਿੱਚ ਜਿਹੜਾ ਮੁਖੀ ਹੁੰਦਾ ਹੈ ਉਹਦੇ ਪਰਿਵਾਰ ਦੇ ਸਾਰੇ ਬੰਦੇ ਹੀ ਬਿਮਾਰ ਪੈ ਜਾਂਦੇ ਹਨ ਤਾਂ ਉਹ ਉਸਦੇ ਦੁਆ ਕੋਈ ਵੀ ਕੰਮ ਨਹੀਂ ਕਰਦੀ ਅਤੇ ਸਿਰਫ ਉਹ ਪਰਮਾਤਮਾ ਅੱਗੇ ਹੀ ਅਰਦਾਸ ਕਰ ਸਕਦਾ ਦੁਆ ਕਰ ਸਕਦਾ ਹੈ। ਇਸੇ ਤਰ੍ਹਾਂ ਅਸੀਂ ਦੇਖ ਰਹੇ ਹੋ ਕਿ ਇਹ ਪਰਮਾਤਮਾ ਮੇਰੇ ਪਰਿਵਾਰ 'ਤੇ ਤੂੰ ਨਿਗਾਹ ਰੱਖੀ। ਇਸੇ ਤਰ੍ਹਾਂ ਅਸੀਂ ਹਿੰਦੁਸਤਾਨ ਕੇ ਪੂਰੇ ਵਰਲਡ ਲਈ ਅਸੀਂ ਦੁਆ ਕਰ ਰਹੇ ਹਾਂ ਵੀ ਮੇਰੇ ਸਾਹਮਣੇ ਅਸਤਵਾਜੀ ਹੋ ਰਹੀ ਹੈ ਜੀ। ਤੁਸੀਂ ਦੇਖ ਰਹੇ ਹੋ ਬਹੁਤ ਦੂਰ ਹੈ ਥੋੜ੍ਹਾ ਜਿਹਾ। ਅੱਜ ਦੀਵਾਲੀ ਦਾ ਇੱਕ ਜਿੱਦਾਂ ਦੀਵਾਲੀ ਦੀ ਤਰ੍ਹਾਂ ਇੱਕ ਮਾਹੌਲ ਬਣਿਆ ਹੋਇਆ ਹੈ। ਇੱਧਰ ਤੁਸੀਂ ਅਸਮਾਨ ਦੇ ਵਿੱਚ ਵੀ ਦੀਵੇ ਛੱਡੇ ਲੋਕਾਂ ਨੇ, ਅਸਮਾਨ ਦੇ ਵਿੱਚ ਦੀਵੇ ਬਾਲੇ ਹੋਏ ਹੈ ਜੀ ਅਤੇ ਬਹੁਤ ਉੱਚੇ ਉੱਚੇ ਦੀਵੇ ਚੱਲ ਰਹੇ ਹੈ ਲੋਕਾਂ ਦੇ। ਅਸੀਂ ਦੇਖ ਰਹੇ ਹਾਂ ਘਰਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਆਦੇਸ਼ ਦਾ ਪਾਲਣ ਕੀਤਾ ਜਾ ਰਿਹਾ ਜੀ। ਆਹ ਦੇਖ ਲਓ ਜੀ, ਇਸਤੀਫਾਜੀ ਕੀਤੀ ਜਾ ਰਹੀ ਹੈ ਜੀ। ਕਾਲਜ ਦੇ ਬੈਕ ਸਾਈਡ ਲਾਈਟਿੰਗ ਕੀਤੀ ਜਾ ਰਹੀ ਹੈ ਬਹੁਤ ਜ਼ਿਆਦਾ। ਸ਼ਹਿਰ ਦੇ ਵਿੱਚ ਸਿਰਫ ਸਟਰੀਟ ਲਾਈਟਾਂ ਚੱਲ ਰਹੀਆਂ ਨੇ ਅਤੇ ਘਰਾਂ ਦੇ ਵਿੱਚ ਬਿਲਕੁਲ ਅੰਧੇਰਾ ਹੈ। ਨੌ ਮਿੰਟ ਦਾ ਸਮਾਂ ਜਿਹੜਾ ਨਰਿੰਦਰ ਮੋਦੀ ਜੀ ਵੱਲੋਂ ਤੈਅ ਕੀਤਾ ਗਿਆ ਹੈ। ਕਾਫੀ ਲੋਕ ਕਈ ਤਰ੍ਹਾਂ ਦੇ ਕਮੈਂਟਸ ਵੀ ਕਰ ਰਹੇ ਹਾਂ। ਚਲੋ ਅਸੀਂ ਮੰਨ ਲੈਂਦੇ ਹਾਂ ਵੀ ਇਸ ਵਰਲਡ ਦੇ ਵਿੱਚ ਕਈ ਤਰ੍ਹਾਂ ਦੀ ਦੁਨੀਆ ਹੈਗੀ ਹੈ, ਪਰ ਮਕਸਦ ਸਾਡਾ ਅੱਜ ਜੋ ਪਈ ਕਰੋਪੀ ਹੈ ਇਹਨੂੰ ਠੱਲ ਪਾਉਣਾ ਹੈ। ਆਹ ਦੇਖੋ ਅਸਤਵਾਜੀ ਇਹ ਮੰਜਰ ਸਾਰਾ ਰੋਪੜ ਦਾ ਜੀ। ਇਹ ਸਾਰੀ ਜਾਣਕਾਰੀ ਰੋਪੜ ਟੀ ਵੀ ਵਨ ਤੁਹਾਨੂੰ ਸਾਰੀ ਦਿਖਾ ਰਿਹਾ ਜੀ। ਇਹ 9 ਮਿੰਟ ਦਾ ਜਿਹੜਾ ਸਾਰਾ
ਚਿੱਤਰ ਹੈ ਜਿਹੜਾ ਰੋਪੜ ਸ਼ਹਿਰ ਦਾ ਹੈ। ਅਸਮਾਨ ਦੇ ਵਿੱਚ ਬਹੁਤ ਸਾਰੇ ਜਿਹੜੇ ਦੀਪਕ ਜਲ ਰਹੇ ਨੇ, ਲੋਕ ਅਸਤਵਾਜ਼ ਕਰ ਰਹੇ ਨੇ, ਤੁਸੀਂ ਦੇਖ ਸਕਦੇ ਹੋ ਪਟਾਕੇ ਦੀਆਂ ਆਵਾਜ਼ਾਂ ਜਿਹੜੀਆਂ ਆ ਰਹੀਆਂ ਨੇ ਸਾਰੇ ਪਾਸੇ। ਇੱਕ ਇਸ ਤਰ੍ਹਾਂ ਦਾ ਮਾਹੌਲ ਬਣ ਚੁੱਕਿਆ ਜਿਵੇਂ ਕਿ ਦੀਵਾਲੀ ਹੁੰਦੀ ਹੈ, ਆਸਮਾਨ ਵੈ ਆ ਦੇਖੋ, ਵੈਰੀ ਗੁੱਡ, ਆਸਮਾਨ ਬਿਲਕੁਲ ਸਾਫ਼ ਹੈ ਜੀ। ਨੌ ਮਿੰਟ ਦਾ ਸਮਾਂ ਹੋ ਚੁੱਕਿਆ,